ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ। ਸਤਿੰਦਰ ਸਿੰਘ, ਉਮਰ 23 ਸਾਲ, ਜਿਹੜਾ ਕੈਨੇਡਾ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਗਿਆ ਸੀ, ਹਾਰਟ ਅਟੈਕ ਨਾਲ ਅਚਾਨਕ ਉਸਦੀ ਮੌਤ ਹੋ ਜਾਂਦੀ ਹੈ। ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਛੋਟੇ ਹੁੰਦਿਆਂ ਦਾ ਬਾਪ ਦਾ ਸਿਰ ਤੋਂ ਸਾਇਆ ਉੱਠ ਗਿਆ, ਕਰਦਿਆਂ ਕਰਦਿਆਂ ਪਰਿਵਾਰ ਦੇ 8 ਜੀ ਚਲੇ ਗਏ ਅਤੇ ਹੁਣ ਆਪਣੀ ਮਾਂ ਅਤੇ ਛੋਟੀ ਭੈਣ ਨੂੰ ਅਲਵਿਦਾ ਆਖ ਕੇ ਉਹ ਦੁਨੀਆ ਤੋਂ ਰੁਖਸਤ ਹੋ ਗਿਆ। ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਦੇ ਨਾਲ। ਕਦੋਂ ਗਿਆ ਸੀ? ਪਿਛਲੇ ਸਾਲ ਗਿਆ ਸੀ ਮੇਰਾ ਬੇਟਾ, 1 ਸਾਲ ਮਹੀਨਾ ਰਹਿ ਗਿਆ ਸਾਲ ਹੁਣ 'ਚ, ਪਿਛਲੇ ਸਾਲ ਗਿਆ ਸੀ। ਇਹਦਾ ਪਾਪਾ ਹੈ ਨਹੀਂ, 13 ਸਾਲ 'ਚ ਇਹਦੇ ਪਾਪਾ ਦੀ ਡੈਥ ਹੋ ਗਈ। ਉਦੋਂ ਛੋਟਾ ਸੀ, ਮੈਂ ਬਹੁਤ ਔਖਾ ਬੱਚਾ ਪਾਲਿਆ ਸੀ ਪਾਪਾ ਤੋਂ ਬਿਨਾਂ, 1 ਕਿੱਲਾ ਸਾਡੀ ਜ਼ਮੀਨ ਸੀ, ਉਹਦੇ ਕਰਕੇ ਮੈਂ ਬੜਾ ਔਖਾ ਕਰਜ਼ਾ ਲੈ ਕੇ ਬੱਚੇ ਦੇ ਬੈਂਡ ਆ ਗਏ, ਮੈਂ ਬਾਹਰ ਭੇਜਤਾ। ਬਾਹਰ ਜਾ ਕੇ ਮੇਰਾ ਬੱਟਾ ਉੱਥੇ ਸਟੱਡੀ ਗਿਆ ਸੀ, ਸਟੱਡੀ ਵੀਜ਼ੇ 'ਤੇ ਪੜ੍ਹਾਈ ਕਰ ਰਿਹਾ ਸੀ, ਪੜ੍ਹਾਈ ਕਰਦਾ ਚੰਗਾ ਭਲਾ ਕਰ ਆਇਆ ਡਿਊਟੀ ਤੋਂ। ਆਣ ਕੇ ਬੱਚੇ ਨੇ ਰੋਟੀ ਖਾਧੀ, ਰਸੋਈ ਵਿੱਚ ਕੰਮ ਸਾਰਾ ਕੀਤਾ, ਰਾਤ ਨੂੰ ਸੁੱਤਾ, ਉਹਨੂੰ ਅਟੈਕ ਹੋ ਗਿਆ ਸੁੱਤੇ ਨੂੰ, ਸਾਨੂੰ ਇਕੱਲਿਆਂ ਨੂੰ ਛੱਡ ਕੇ ਚਲ ਗਿਆ। ਸਾਡਾ ਹੋਰ ਮਗਰ ਕੋਈ ਆਸਰਾ ਨਹੀਂ ਜੇ, ਸਾਡੇ ਅੱਗੇ ਕੋਈ ਆਸਰਾ ਨਹੀਂ। ਇਹਦਾ ਸਰਕਾਰ ਤੋਂ ਕੀ ਮੰਗ ਕਰਦੀ ਹੋਣੀ? ਸਰਕਾਰ ਸਾਡੀ ਮਦਦ ਕਰੇ ਹੁਣ, ਸਾਡੀ ਮਦਦ ਕਰੇ ਸਰਕਾਰ ਸਾਡੀ ਹੁਣ। ਨੌਜਵਾਨ ਮ੍ਰਿਤਕ ਦੀ ਭੈਣ ਸਾਡੇ ਨਾਲ, ਆਪਾਂ ਉਹਨਾਂ ਨੂੰ ਵੀ ਗੱਲ ਕਰਾਂਗੇ। ਮ੍ਰਿਤਕ ਦੇ ਫੁੱਫੜ ਜੀ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਘਰ ਦੀ ਸਥਿਤੀ ਨੂੰ ਲੈ ਕੇ ਕਿ ਇਸ ਟਾਈਮ ਘਰ ਦੀ ਸਥਿਤੀ ਕੀ ਹੈ। ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦੇ ਕਤਾਇਆ ਜੀ ਉਹ ਪੂਰੇ ਹੋ ਗਏ, ਉਹ ਤੋਂ ਬਾਅਦ ਉਹ ਇਹਨਾਂ ਦਾ ਦੂਜਾ ਇਹਦਾ ਡੈਡੀ ਪੂਰਾ ਹੋ ਗਿਆ ਸਤਿੰਦਰ ਸਿੰਘ ਦਾ, ਸਤਿੰਦਰ ਸਿੰਘ ਤੋਂ ਡੈਡੀ ਤੋਂ ਬਾਅਦ ਇਹਨਾਂ ਦੇ ਚਾਚਾ ਜੀ ਉਹ ਪੂਰੇ ਹੋ ਗਏ, ਇੱਕ ਚਾਚੀ ਜੀ ਪੂਰੀ ਹੋ ਗਏ, ਫਿਰ ਇਹਨਾਂ ਦੇ ਦਾਦੀ ਦਾਦਾ ਜਿਹੜੇ ਉਹ ਪੂਰੇ ਹੋ ਗਏ, ਅਤੇ ਹੁਣ ਬਾਅਦ 'ਚ ਇਹਨਾਂ ਚਾਚੇ ਦਾ ਬੇਟਾ ਸੀ ਇੱਕ, ਉਹ ਵੀ 20 ਕੁ ਸਾਲ ਦਾ ਸੀ, ਉਹ ਵੀ ਪੂਰਾ ਹੋ ਗਿਆ, ਅਤੇ ਹੁਣ ਇਹਨਾਂ ਦੀ ਇਹ ਵੀ ਇਹਨਾਂ ਨੂੰ ਛੱਡ ਕੇ ਚਲੇ ਗਏ ਆ ਅਤੇ ਵਿਦੇਸ਼ ਗਏ ਸੀ ਕੈਨੇਡਾ, ਅਤੇ ਜਿਹੜੇ ਉਹ ਉੱਥੇ ਪੜ੍ਹਾਈ ਕਰਨ ਦੇ ਬੇਸ 'ਤੇ ਗਏ ਸੀ, ਨਾਲ ਕੁਝ ਕੰਮ ਕਾਰ ਕਰਦੇ ਸੀ ਮਾੜਾ ਮੋਟਾ ਆਪਣਾ, ਰੋਟੀ ਪਾਣੀ ਦਾ ਝਟਕ ਗੁਜ਼ਾਰਾ ਕਰਦੇ ਸੀ। ਹੁਣ ਇਹਨਾਂ ਦੇ ਸਿਰ 'ਤੇ ਕੋਈ ਵੀ ਆਸਰਾ ਨਹੀਂ ਹੈਗਾ ਵੀ ਜਿਹੜਾ ਇਹਨਾਂ ਨੂੰ ਘਰ ਦੀ ਰੋਟੀ ਪਾਣੀ ਵਾਸਤੇ ਸੇਵਾ ਕਰ ਸਕੇ ਕੋਈ। ਅਸੀਂ ਪੰਜਾਬ ਸਰਕਾਰ ਕੋਲ ਅਤੇ ਸੰਸਥਾ ਸੇਵਾ ਸੰਸਥਾ ਕੋਲ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ, ਇੱਕ ਡੈੱਡ ਬੈਡੀ ਇਹਨਾਂ ਦੀ ਇੱਥੇ ਘਰ ਭਜਾਈ ਲਿਆਂਦੀ ਜਾਵੇ ਅਤੇ ਹੋਰ ਵੀ ਕੋਈ ਸੰਸਥਾ ਇਹਨਾਂ ਦੀ ਘਰ ਦੀ ਸੇਵਾ ਮਾਲੀ ਸਹਾਇਤਾ ਕਰਨ ਦੇ ਵਾਸਤੇ ਬੇਨਤੀ ਕਰਦੇ ਹਾਂ ਜੀ। ਸੋ ਦੇਖ ਸਕਦੇ ਹੋ ਕਿਤੇ ਨਾ ਕਿਤੇ ਘਰ ਦੇ ਹਾਲਾਤ ਬੇਹੱਦ ਨਾਜ਼ੁਕ ਨੇ। 1 ਕਿੱਲਾ ਜ਼ਮੀਨ ਆ ਜਿਸ ਤੋਂ ਹੁਣ ਡੈੱਡ ਬੋਡੀ ਵੀ ਜਿਹੜੀ ਆ ਉਹ ਨਹੀਂ ਮੰਗਵਾਈ ਜਾ ਸਕਦੀ। ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਪਰਿਵਾਰਕ ਮੈਂਬਰਾਂ ਨੇ ਗੁਹਾਰ ਲਗਾਈ ਹੈ। ਕੈਮਰਾਮੈਨ ਸੋਨੀ ਨਾਲ ਸਰਵਣ ਸਿੰਘ ਘੁਮਾਣ, ਬਟਾਲਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।